8 नवंबर 2016 ਨੂੰ ਭਾਰਤ ਸਰਕਾਰ ਵੱਲੋਂ 500 ਤੇ 1000 ਰੁਪਏ ਤੇ ਪੁਰਾਣੇ ਨੋਟਾਂ ਤੇ ਲਾਈ ਪਾਬੰਦੀ ਤੋਂ 100 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲਾਤ ਨਾ ਸੁਧਰਨ ਕਾਰਨ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਮੋਗਾ ਵੱਲੋਂ ਸਥਾਨਕ ਸ਼ਹਿਰ ਵਿੱਚ ਰੋਸ ਰੈਲੀ ਕੱਢੀ। ਇਸ ਦੌਰਾਨ ਵੱਡੀ ਗਿਣਤੀ ਵਿੱਚ 71 ਆਪ ਸਮਰਥਕਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ। ਵਿਧਾਨ ਸਭਾ ਹਲਕਾ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਮੇਸ਼ ਗਰੋਵਰ, ਬਾਗਾ ਪ੍ਰਾਣਾ ਤੋਂ ਉਮੀਦਵਾਰ ਕੈਪਟਨ ਗੁਰਵਿੰਦਰ ਸਿੰਘ ਕੰਗ, ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਅਤੇ ਧਰਮਕੋਟ ਤੋਂ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਕੱਢੀ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਰਮੇਸ਼ ਗਰੋਵਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਫੈਸਲਾ ਸੰਵਿਧਾਨਕ ਨਹੀਂ ਹੈ ਬਲਕਿ ਤਾਨਾਸ਼ਾਹੀ ਹੈ। ਇਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ 100 ਦਿਨ ਬੀਤ ਜਾਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਪੈਸੇ ਕਢਵਾਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੋਦੀ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਮੋਦੀ ਸਾਹਿਬ ਨੇ ਜਿਹੜੀ ਨੋਟਬੰਦੀ ਕੀਤੀ ਸੀ, ਅੱਜ ਉਹਦੇ 100 ਦਿਨ ਪੂਰੇ ਹੋ ਗਏ ਔਰ 100 ਦਿਨ ਉਹਨਾਂ ਨੇ ਮੋਦੀ ਸਾਹਿਬ ਨੇ ਗੱਲ ਕਹੀ ਸੀ ਕਿ 50 ਦਿਨ ਦੇ ਵਿੱਚ ਮੈਂ ਸਾਰਾ ਫਾਈਨਾਂਸ ਸਿਸਟਮ ਜਿਹੜਾ ਨੋਰਮਲ ਕਰ ਦਿਆਂਗਾ, ਪਰ ਆ 100 ਦਿਨ ਪੂਰੇ ਹੋਣ ਤੋਂ ਬਾਅਦ ਵੀ ਕਈ 100 ਮੌਤਾਂ ਹੋ ਚੁੱਕੀਆਂ, ਉਹਦੇ ਬਾਵਜੂਦ ਵੀ ਅੱਜ ਸਾਰਾ ਵਪਾਰ ਜਿਹੜਾ ਦੇਸ਼ ਦਾ ਚੌਪਟ ਹੋ ਗਿਆ ਔਰ ਜਿਹੜੀ GDP ਹੈ ਜਿਹਨੂੰ ਆਪਾਂ ਗਰੋਥ ਕਹਿੰਦੇ ਹਾਂ ਉਹ ਸਾਰੀ ਡਾਊਨ ਆ ਗਈ ਹੈ। ਇਹਦਾ ਮਤਲਬ ਇਹ ਹੈ ਕਿ ਅਸੀਂ ਕਈ ਡਿਕੇਡ ਜਿਹੜੇ ਕਈ ਸਦੀਆਂ ਆਪਾਂ ਵਪਾਰ ਨੂੰ ਪਿੱਛੇ ਲੈਂਦਾ, ਦੇਸ਼ ਨੂੰ ਪਿੱਛੇ ਲੈਂਦਾ ਔਰ ਮੋਦੀ ਸਾਹਿਬ ਉਹਦੇ ਬਾਵਜੂਦ ਜਿਹੜੇ ਪਤਾ ਨਹੀਂ ਕਿਹੜੀ ਨੀਂਦ ਵਿੱਚ ਨੇ, ਜਿਹੜਾ ਦੇਸ਼ ਦੇ ਵਿੱਚ ਇੰਨਾ ਵੱਡਾ ਨੁਕਸਾਨ ਹੋ ਰਿਹਾ ਪਰ ਮੋਦੀ ਸਾਹਿਬ ਨੂੰ ਕੋਈ ਚਿੰਤਾ ਹੀ ਨਹੀਂ। ਅੱਜ ਦਾ ਜਿਹੜਾ ਇਹ ਰੋਸ ਪ੍ਰਦਰਸ਼ਨ ਹੈ ਸਾਡਾ ਆਮ ਆਦਮੀ ਪਾਰਟੀ ਵੱਲੋਂ ਦੇਸ਼ ਭਰ ਵਿੱਚ ਹੋ ਰਿਹਾ, ਸਾਡਾ ਸਵਾਲ ਹੈ ਮੋਦੀ ਸਾਹਿਬ ਦੇ ਅੱਗੇ ਕਿ ਉਹ 100 ਦਿਨ ਹੋ ਗਏ ਨੇ ਨੋਟਬੰਦੀ ਨੂੰ ਹੋਇਆ ਔਰ 100 ਤੋਂ ਵੱਧ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਪੂਰੇ 'ਚ ਇਸੇ ਵਜ੍ਹਾ ਕਰਕੇ ਜਿਹੜੀਆਂ ਮੌਤਾਂ ਵੀ ਹੋ ਗਈਆਂ, ਹਜ਼ਾਰਾਂ ਮੁਲਾਜ਼ਮ ਜਿਹੜੇ ਹੈ ਉਹ ਸਸਪੈਂਡ ਕਰ ਦਿੱਤੇ ਗਏ, ਘਰੀਂ ਬੈਠੇ ਆ, ਜਿਹੜੇ ਵਪਾਰੀ ਹੈ ਉਹ ਵਿਚਾਰੇ ਕੰਮਕਾਰ ਤੋਂ ਜਿਹੜੇ ਵਿਹਲੇ ਹੋ ਕੇ ਬਹਿ ਗਏ, ਜਿਹੜੇ ਆਪਣੇ ਕਾਰੋਬਾਰੀ ਆ ਸਾਰੇ ਹੀ ਜਿਹੜੇ ਹੈ ਉਹ ਨੁਕਸਾਨ ਕਰੀ ਬੈਠੇ ਆ। ਕੰਮ ਸਾਡਾ ਬਹੁਤ ਡੈਮੇਜ ਹੋਇਆ ਜੀ, ਕੰਮ ਡੈਮੇਜ ਹੋਣ ਦਾ ਕਾਰਨ ਇਹ ਹੈ ਕਿ ਜਿਹੜੇ ਸਾਡਾ ਕੰਮ ਆਮ ਲੋਕਾਂ ਦੇ ਨਾਲ ਸੰਬੰਧਿਤ ਹੈ, ਗਰੀਬ ਲੋਕਾਂ ਦੇ ਨਾਲ ਸੰਬੰਧਿਤ ਹੈ, ਜਨਰਲ ਮਟੀਰੀਅਲ ਦਾ ਕੰਮ ਆ ਅਤੇ ਆਮ ਲੋਕ ਜਿਹੜੇ ਆ ਉਹਨਾਂ ਨੇ ਜਿੰਨੇ ਵੀ ਉਹਨਾਂ ਕੋਲ ਕਿਸੇ ਕੋਲ 10-20 ਹਜ਼ਾਰ 30 ਹਜ਼ਾਰ ਸੀਗਾ, ਉਹਨਾਂ ਨੇ ਜਿਹੜਾ ਪੂੰਜੀ ਜੋੜੀ ਸੀ ਉਹ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਅਤੇ ਪਰ ਜਦੋਂ ਉਹਦੀ ਆਪਾਂ ਰਿਟਰਨ ਲੈਣ ਲੱਗੇ ਲੋਕ ਅਤੇ ਉਹਨਾਂ ਨੂੰ ਰਿਟਰਨ ਜਿਹੜੀ ਆ ਸਮੇਂ ਦੇ ਨਾਲ ਨਹੀਂ ਮਿਲੀ।